ਅੱਜ ਬਹੁਤ ਖੁਸ਼ੀ ਹੋਈ ਕਿ ਸਾਡੇ ਵਿੱਚ ਭਾਈ ਮਹੰਤ ਗਾਹਨ ਸਿੰਘ ਜੀ ਜਿਹੜੇ ਕਿ ਸੇਵਾ ਪੰਥੀ ਸੰਪਰਦਾ ਦੇ ਮੁਖੀ ਨੇ ਜੇ ਗੁਣਿਆਣਾ ਮੰਡੀ ਇਹਨਾਂ ਦਾ ਹੈੱਡਕੁਆਰਟਰ ਹੈ ਜੋ ਭਾਈ ਕਨਈਆ ਜੀ ਵੱਲੋਂ ਸੇਵਾ ਦਾ ਇੱਕ ਪ੍ਰਵਾਹ ਸ਼ੁਰੂ ਕੀਤਾ ਗਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਸੀਸਾਂ ਦਿੱਤੀਆਂ ਸੀ ਉਸ ਪ੍ਰਵਾਹ ਨੂੰ ਅੱਗੇ ਚਲਾਉਣ ਦੇ ਵਿੱਚ ਬਾਬਾ ਜੀ ਦਾ ਬੜਾ ਹੱਥ ਹੈ ਅਤੇ ਇਹਨਾਂ ਵੱਲੋਂ ਮਾਨਸਾ ਦੇ ਵਿੱਚ ਇੱਕ ਜਿਹੜਾ ਹੋਸਪਿਟਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 150 ਬੈੱਡ ਦਾ ਜਿਹੜਾ ਹੋਸਪਿਟਲ ਹੈ ਬਣਾਉਣ ਦਾ ਇਹ ਜਿਹੜਾ ਉਪਰਾਲਾ ਚੱਲ ਰਿਹਾ ਹੈ ਸੋ ਅਸੀਂ ਆਪਣੇ ਵੱਲੋਂ ਅਰਦਾਸ ਕਰਦੇ ਹਾਂ ਕਿ ਇਹਨਾਂ ਦਾ ਇਹ ਮਿਸ਼ਨ ਪੂਰਾ ਹੋਵੇ ਅਤੇ ਜਿਹੜੀਆਂ ਹੋਰ ਅਣਗਿਣਤ ਕਿਸਮ ਦੀਆਂ ਸੇਵਾਵਾਂ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਗਰੀਬ ਤਬਕੇ ਨੂੰ ਇਹ ਉਹਨਾਂ ਦੀ ਬਾਂਹ ਫੜਦੇ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਇਹਨਾਂ ਦੇ ਸਾਰੇ ਜਥੇਬੰਦੀ ਵੱਲੋਂ ਇਹ ਜਿਹੜਾ ਕੰਮ ਚੱਲ ਰਿਹਾ ਜੋ ਭਾਈ ਕਨਈਆ ਜੀ ਨੇ ਮਿਸ਼ਨ ਸ਼ੁਰੂ ਕੀਤਾ ਸੀ ਉਸ ਨੂੰ ਅੱਗੇ ਬੜੇ ਬਹੁਤ ਸੋਹਣੇ ਚੱਜੇ ਢੰਗ ਦੇ ਨਾਲ ਸਾਰਿਆਂ ਵੱਲੋਂ ਇਹਨਾਂ ਨੂੰ ਸਤਿਕਾਰ ਕੀਤਾ ਜਾਂਦਾ ਸਾਰੀਆਂ ਸੰਪਰਦਾਵਾਂ ਸਾਰੀਆਂ ਆਰਗਨਾਈਜੇਸ਼ਨ ਸਾਰੀਆਂ ਜਥੇਬੰਦੀਆਂ ਸਿੱਖ ਪੰਥ ਦੀਆਂ ਇਹਨਾਂ ਨੂੰ ਹਮੇਸ਼ਾ ਪਿਆਰ ਕਰਦੀਆਂ ਨੇ ਸਤਿਕਾਰ ਕਰਦੀਆਂ ਨੇ ਸੋ ਸਾਡੇ ਬੜੇ ਧੰਨ ਭਾਗ ਸੀ ਜੇ ਸਾਡੇ ਵਿੱਚ ਹਾਜ਼ਰ ਨੇ ਸੋ ਬਾਬਾ ਜੀ ਤੁਸੀਂ ਵੀ ਆਪਣੇ ਵੱਲੋਂ ਇੱਕ ਸੰਦੇਸ਼ ਦੇ ਦਿਓ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਗੁਰਦੁਆਰੇ ਦੇ ਅੰਦਰ ਅੱਜ ਸੁਭਾਗ ਹੋਇਆ ਹੈ ਸੁਭਾਗ ਮਿਲਿਆ ਹੈ ਅਤੇ ਗੁਰਦੁਆਰੇ 'ਚ ਦਰਸ਼ਨ ਦੀਦਾਰ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਏ ਹਨ ਉੱਥੇ ਗੁਰਬਾਣੀ ਦੇ ਵਿਚਾਰ ਕੀਰਤਨ ਕਰਨ ਦਾ ਵੀ ਸਮਾਂ ਮਿਲਿਆ ਹੈ ਬਹੁਤ ਬਹੁਤ ਧੰਨਵਾਦ ਭਾਈ ਰਜਵੰਤ ਸਿੰਘ ਜੀ ਨੂੰ ਮਹਾਰਾਜ ਚੁੜੀਆਂ ਕਲਾ ਬਖਸ਼ਿਸ਼ ਕਰੇ ਦੇਸ਼ ਕੌਮ ਦੀ ਸੇਵਾ ਕਰਦੇ ਰਹਿਣ ਅਤੇ ਗੁਰੂ ਪਾਤਸ਼ਾਹ ਸਿੱਖੀ ਸਿਦਕ ਚੜ੍ਹਿਆਂ ਕਲਾ ਸਮਾਜ ਵਿੱਚ ਇੱਜ਼ਤ ਮਾਣ ਬਖਸ਼ਿਸ਼ ਕਰੇ ਅਤੇ ਕੁਲਦੀਪ ਬਜਾਜ ਵੀ ਅਤੇ ਬਲਦੇਵ ਸਿੰਘ ਬਜਾਜ ਵੀ ਹਾਜ਼ਰੀਆਂ ਭਰ ਰਹੇ ਹਨ ਹੋਰ ਵੀ ਸੰਗਤਾਂ ਸੇਵਾ ਕਰ ਰਹੀਆਂ ਹਨ ਮਹਾਰਾਜ ਸਾਰੀ ਸੰਗਤ ਨੂੰ ਸੁਖੀ ਜੀਵਨ ਸਿੱਖੀ ਸਿਦਕ ਚੜ੍ਹਿਆਂ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ